कि राजपाल ने जिहड़े बिल प्रवान नहीं किए अपने पद्धर से उसके करके हुण सरकार सुप्रीम कोर्ट जाएगी। ਅੱਜ ਅੰਦਰ ਕੀ ਕੁਝ ਵਾਪਰਿਆ? ਦੇਸ਼ ਦਾ ਸੰਵਿਧਾਨ ਉਸ ਤੋਂ ਉੱਪਰ ਤੇ ਨਾ ਤੇ ਕੋਈ ਮੁੱਖ ਮੰਤਰੀ ਹੈ ਤੇ ਨਾ ਕੋਈ ਗਵਰਨਰ ਆ। ਜੇ ਗਵਰਨਰ ਕੋਈ ਵੀ ਜਾਣਕਾਰੀ ਪੁੱਛਦਾ ਤੇ ਸਰਕਾਰ ਦਾ ਫਰਜ਼ ਬਣਦਾ ਕਿ ਉਹ ਜਾਣਕਾਰੀ ਮਹੱਈਆ ਕਰਵਾਈ ਜਾਵੇ। ਜਿਹੜਾ ਬਲਕਾਰ ਸਿੰਘ ਉਹਨਾਂ ਨੇ ਪੇਸ਼ ਕੀਤਾ ਹੈਗਾ ਕਿ ਅਸੀਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੰਦੇ ਹਾਂ, ਪਰ ਉਹਨਾਂ ਨੇ 14 ਨਹੀਂ ਪੜਿਆ ਹੋਊਗਾ, ਪੜਿਆ ਹੋਊਗਾ ਲੇਕਿਨ ਸਦਨ ਨੂੰ ਦੱਸਿਆ ਨਹੀਂ ਹੈਗਾ। ਦਾਅਵੇ ਨਾਲ ਕਹਿ ਸਕਦਾ ਹੈ ਕਿ ਬਹੁਤੇ MLAs ਨੇ, ਮਾਨਯੋਗ ਜਿਹੜੇ MLAs ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਨੇ, ਉਹਨਾਂ ਨੇ ਆਪਣੀ ਜਿਹੜੀ ਵਿਧਾਨ ਸਭਾ ਦੀ ਨਿਜ਼ਮਾਂ ਵਾਲੀ ਉਹ ਵੀ ਨਹੀਂ ਚੰਗੀ ਤਰ੍ਹਾਂ ਪੜ੍ਹੀ ਹੋਏਗੀ। ਕਿ ਸਾਲ ਦੇ ਵਿੱਚ ਤੁਸੀਂ 3 ਵਾਰਾਂ ਵਿਧਾਨ ਸਭਾ ਬੁਲਾ ਸਕਦੇ ਹੋ, ਬਜਟ ਸੈਸ਼ਨ, ਵਿੰਟਰ ਸੈਸ਼ਨ ਤੇ ਮੌਨਸੂਨ ਸੈਸ਼ਨ। ਸਪੀਕਰ ਵੀ ਕਹਿ ਰਿਹਾ ਸੀ ਕਿ ਮੈਨੂੰ ਕੋਈ ਕੋਰਸਪੋਂਡੈਂਟ ਨਹੀਂ ਆਈ, ਮੈਨੂੰ ਗਵਰਨਰ ਦੀ ਕੋਈ ਚਿੱਠੀ ਨਹੀਂ ਆਈ। ਫਿਰ ਕਿਵੇਂ ਗੈਰ ਕਾਨੂੰਨੀ, ਅਚਾਨਕ ਕਿਵੇਂ ਗੈਰ ਕਾਨੂੰਨੀ ਹੋ ਗਿਆ? ਇਟ ਮੀਨ ਕਿ ਸਰਕਾਰ ਦੇ ਸਲਾਹਕਾਰ ਜਾਂ ਸਰਕਾਰ ਦੇ ਲੀਗਲੀ ਤੌਰ ਤੇ ਪਤਾ ਨਹੀਂ ਸਰਕਾਰ ਦੇ ਮਾੜੇ ਨੇ ਸਲਾਹਕਾਰ ਜਾਂ ਰਾਜਪਾਲ ਸਾਹਿਬ ਦੇ ਸਲਾਹਕਾਰ ਮਾੜੇ ਨੇ। CM ਸਾਹਿਬ ਨੇ ਤਾਂ ਦਾਅਵਾ ਕਰਤਾ ਕਿ ਪਿਛਲੀ ਵਾਰ ਸਾਨੂੰ 3 ਮਿੰਟਾਂ 'ਚ ਇਨਸਾਫ ਮਿਲ ਗਿਆ ਸੀ, ਹੁਣ 15 ਮਿੰਟ 'ਚ ਮਿਲ ਜਾਣਾ। ਜਿਹੜਾ ਬਿੱਲ ਲੈ ਕੇ ਇਹਦੇ 'ਚ ਐਮਰਜੈਂਸੀ ਕੀ ਸੀ? ਤੁਹਾਡੀ ਸਰਕਾਰ ਦੀ ਕਿਹੜੀ ਵੇਲਣੇ 'ਚ ਬਾਂਹ ਆਈ ਸੀ? ਜੋ ਤੁਸੀਂ ਵਿਧਾਨ ਸਭਾ ਬੁਲਾਉਂਦੇ ਨਾ ਜੀ, MLA ਦਾ ਕੱਲ ਦੇ MLA ਆ ਗਏ, ਕੱਲ ਦਾ TA, ਅੱਜ ਦਾ TA, ਭਲਕੇ ਦਾ TA, 1 ਕਰੋੜ ਚ ਪੈ ਗਿਆ ਵਿਧਾਨ ਸਭਾ। ਤੇ CM ਸਾਹਿਬ ਕੀ ਕਹਿ ਰਹੇ ਕਿ ਗਵਰਨਰ ਦੇ ਕਰਕੇ ਸਾਨੂੰ ਜੋ ਅਸੀਂ ਸੁਪਰੀਮ ਕੋਰਟ ਦੇ ਵਿੱਚ ਗਏ, ਸਾਨੂੰ 25 ਲੱਖ ਰੁਪਇਆ ਪੰਜਾਬ ਦੇ ਖਜ਼ਾਨੇ ਚੋਂ ਦੇਣਾ ਪਿਆ, ਤੇ ਆ ਵੀ ਤੇ 1 ਕਰੋੜ ਰੁਪਇਆ ਬਰਬਾਦ ਹੋ ਗਿਆ। ਇਹਦੇ ਵਾਸਤੇ ਕੌਣ ਰਿਸਪੋਂਸੀਬਲ ਆ, ਕਿਹਦੀ ਜ਼ਿੰਮੇਵਾਰੀ ਆ? ਹੁਣ ਸਵਾਲ ਕਿ ਤੁਹਾਡੀ ਸਰਕਾਰ ਦੀ ਕੋਈ ਵੇਲਣੇ ਚ ਬਾਂਹ ਤੇ ਨਹੀਂ ਆਈ ਸੀ ਕਿ ਪਤਾ ਨਹੀਂ ਐਡੀ ਵੱਡੀ ਜਿਹੜੀ ਬਿਪਤਾ ਆ ਗਈ ਕਿ ਤੁਸੀਂ ਐਮਰਜੈਂਸੀ ਬਿੱਲ ਬੁਲਾ ਲਿਆ? ਸਰਕਾਰ ਸਪੈਸ਼ਲ ਸੈਸ਼ਨ ਤੇ ਬੁਲਾਈ ਜਾ ਰਹੀ ਆ, ਉਹਦੀ ਕੋਈ ਵੈਲਿਊ? ਸਪੈਸ਼ਲ ਸੈਸ਼ਨ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈਗੀ ਆ। ਇੱਥੇ ਤੇ ਅੱਜ CM ਸਾਹਿਬ ਕਹਿ ਰਹੇ ਸੀ ਰਾਜਾ ਜੀ, ਪ੍ਰਧਾਨ ਜੀ, ਪ੍ਰਧਾਨ ਜੀ। ਆਹ ਤੁਹਾਡਾ ਦੇਖੋ ਜੀ, ਮੈਨੂੰ LOP ਤੂੰ ਕਰਕੇ ਬੋਲ ਰਿਹਾ। ਅੱਜ ਤੇ ਦੇਖੋ ਨਾ, ਰਾਜਾ ਅਮਰਿੰਦਰ ਸਿੰਘ ਵੜਿੰਗ ਤੋਂ ਰਾਜਾ ਜੀ ਹੋ ਗਏ, ਵੜਿੰਗ ਤੋਂ ਸਿੱਧਾ ਉਹ ਹੋ ਗਏ ਪ੍ਰਧਾਨ ਜੀ ਹੋ ਗਏ ਨਾ। ਕਹਿੰਦੇ ਜਦੋਂ ਮੈਂ ਕਰਦਾ ਫਿਰ ਮੇਰੀਆਂ ਉੱਪਰ ਸ਼ਿਕਾਇਤਾਂ ਕਰਦੇ ਨੇ। ਇਹਦਾ ਮਤਲਬ ਜਦੋਂ ਇੱਥੇ ਭਗਵੰਤ ਮਾਨ ਆ ਕਾਂਗਰਸ ਪਾਰਟੀਆਂ ਦੀ ਢਿਬਰੀ ਟਾਇਡ ਕਰਦੇ ਨੇ, ਇਹ ਫਿਰ ਦਿੱਲੀ ਲਾਉਂਦੇ ਹੋਣੇ ਖੜਗੇ ਸਾਹਿਬ ਨੂੰ ਸ਼ਿਕਾਇਤਾਂ। ਖੜਗੇ ਸਾਹਿਬ ਕੇਜਰੀਵਾਲ ਨੂੰ ਕਹਿੰਦੇ ਨੇ ਵੀ ਯਾਰ ਆਪਣੇ ਭਗਵੰਤ ਮਾਨ ਕੋਈ ਸਮਝਾਓ, ਮਾਰੇ ਬੰਦੋ ਕੋ ਤੰਗ ਨਾ ਕਰੇ ਨਾ।